ਜੋ ਜਗਦੀਸ਼ ਟਾਈਟਲਰ ਦਾ ਖੁਲਾਸਾ ਸਾਹਮਣੇ ਆਇਆ ਉੱਥੋਂ ਇਹ ਜੱਗ ਜ਼ਾਹਰ ਹੋ ਗਈ ਹੈ ਕਿ ਕਾਂਗਰਸ ਦੀ ਸਿੱਖਾਂ ਦੇ ਕਤਲੇਆਮ ਵਿੱਚ ਬਹੁਤ ਵੱਡੀ ਸ਼ਮੂਲੀਅਤ ਸੀ ਔਰ ਅੱਜ ਤੱਕ ਕਾਂਗਰਸ ਪਾਰਟੀ ਜਗਦੀਸ਼ ਟਾਈਟਲਰ ਨੂੰ ਬਚਾਉਂਦੀ ਆਈ ਆ ਔਰ ਹੁਣ ਤਾਂ ਜਗਦੀਸ਼ ਟਾਈਟਲਰ ਦਾ ਜਿਹੜਾ ਵੀਡੀਓ ਕਲਿੱਪ ਸਾਹਮਣੇ ਆਪ ਖੁਦ ਕਬੂਲ ਰਿਹਾ ਵਾ ਕਿ ਉਸ ਦਾ ਸਿੱਖਾਂ ਦੇ ਕਤਲੇਆਮ ਵਿੱਚ ਬਹੁਤ ਵੱਡਾ ਹੱਥ ਸੀਗਾ ਜੁਡੀਸ਼ਰੀ ਦੀ ਮੈਨੂਪਲੇਸ਼ਨ ਵਿੱਚ ਬਹੁਤ ਵੱਡਾ ਹੱਥ ਸੀਗਾ ਮੈਂ ਸਮਝਦਾ ਕਿ ਇਸ ਤੋਂ ਬਾਅਦ ਕਾਂਗਰਸ ਪਾਰਟੀ ਨੂੰ ਇੱਕ ਮਿੰਟ ਵਾਸਤੇ ਵੀ ਜਗਦੀਸ਼ ਟਾਈਟਲਰ ਵਰਗੇ ਦਾਗੀ ਬੰਦੇ ਨੂੰ ਆਪਣੀ ਪਾਰਟੀ 'ਚ ਨਹੀਂ ਰੱਖਣਾ ਚਾਹੀਦਾ ਬਲਕਿ ਉਲਟਾ ਸਿੱਖਾਂ ਤੋਂ ਸਮੁੱਚੀ ਕੌਮ ਤੋਂ ਸਿੱਖਾਂ ਦੇ ਕਤਲੇਆਮ ਵਾਸਤੇ ਜਨਤਕ ਮਾਫੀ ਮੰਗਣੀ ਚਾਹੀਦੀ ਆ 33-34 ਸਾਲ ਦੀ ਬੇਇਨਸਾਫੀ ਔਰ ਉਸ ਤੋਂ ਬਾਅਦ ਹੁਣ ਨਜ਼ਰ ਆ ਰਿਹਾ ਕਿ ਕਾਂਗਰਸ ਦਾ ਵੱਡਾ ਸਟਾਲਵਰਟ ਲੀਡਰ ਨਾ ਸਿਰਫ ਦੋਸ਼ੀ ਸੀਗਾ ਬਲਕਿ ਸਾਰੀ ਸਾਜ਼ਿਸ਼ ਦੇ ਵਿੱਚ ਇੱਕ ਵੱਡਾ ਕਿੰਗ ਪਿੰਨ ਸੀਗਾ ਔਰ ਮੈਨੂੰ ਇੱਥੇ ਕਹਿਣਾ ਪੈਂਦਾ ਕਿ ਕੈਪਟਨ ਅਮਰਿੰਦਰ ਸਿੰਘ ਜਗਦੀਸ਼ ਟਾਈਟਲਰ ਨੂੰ ਬਹੁਤ ਅਰਸੇ ਤੋਂ ਕਲੀਨ ਚਿੱਟ ਦੇ ਰਹੇ ਨੇ ਉਹਨਾਂ ਨੂੰ ਵੀ ਆਪਣੇ ਇਸ ਸਾਰੀ ਗੱਲ ਵਾਸਤੇ ਲੋਕਾਂ ਤੋਂ ਸਿੱਖਾਂ ਤੋਂ ਮਾਫੀ ਮੰਗਣੀ ਚਾਹੀਦੀ ਆ ਔਰ ਇੱਕ ਬਹੁਤ ਵੱਡਾ ਧੱਬਾ ਇਸ ਦੇਸ਼ ਦੇ ਜਮਹੂਰੀ ਢਾਂਚੇ 'ਤੇ ਨਿਆਂ ਪ੍ਰਣਾਲੀ 'ਤੇ ਕ੍ਰਿਮੀਨਲ ਜਸਟਿਸ ਸਿਸਟਮ 'ਤੇ ਲੱਗਿਆ ਜਦ ਤੱਕ ਸਿੱਖਾਂ ਨੂੰ ਇਨਸਾਫ ਨਹੀਂ ਮਿਲੇਗਾ ਇਹ ਧੱਬਾ ਇਸ ਦੇਸ਼ ਦੇ ਜਮਹੂਰੀ ਢਾਂਚੇ ਤੋਂ ਧੋਤਾ ਨਹੀਂ ਜਾ ਸਕਦਾ ਇਸ ਲਈ ਜਗਦੀਸ਼ ਟਾਈਟਲਰ ਦੇ ਖੁਲਾਸੇ ਤੋਂ ਬਾਅਦ ਹੀ ਸ਼ੁੱਡ ਬੀ ਇਮੀਡੀਏਟਲੀ ਅਰੈਸਟਡ FIR ਸ਼ੁੱਡ ਬੀ ਲਾਂਚ ਐਂਡ ਆਲਸੋ ਫਰਦਰ ਇਨਵੈਸਟੀਗੇਸ਼ਨ ਕਿ ਇਹਦੇ ਪਿੱਛੇ ਜਗਦੀਸ਼ ਟਾਈਟਲਰ ਦੇ ਪਿੱਛੇ ਹੋਰ ਕਿਹੜੇ ਕਿਹੜੇ ਤਾਕਤਵਰ ਲੋਕ ਸੀਗੇ ਚਾਹੇ ਕੋਈ ਹੋਵੇ ਉਸ ਨੂੰ ਸਖਤ ਤੋਂ ਸਖਤ ਸਜ਼ਾ ਮਿਲਣੀ ਚਾਹੀਦੀ ਇਹ ਆਮ ਆਦਮੀ ਪਾਰਟੀ ਦੀ ਮੰਗ ਹੈ।